ਸੋ 13 ਤਰੀਕ ਨੂੰ ਯਾਨੀ ਕਿ ਕੱਲ ਰਾਤ ਨੂੰ ਬੱਬੂ ਮਾਨ ਦਾ ਅਖਾੜਾ ਸੀਗਾ ਲੁਧਿਆਣੇ ਦੇ ਵਿੱਚ ਪਿੰਡ ਜੋਧਾਂ ਦੇ ਵਿੱਚ ਤੇ ਇਸ ਅਖਾੜੇ ਨੇ ਕਿਹਾ ਜਾ ਰਿਹਾ ਕਿ ਕਰੋਨਾ ਤੋਂ ਬਾਅਦ ਰਿਕਾਰਡ ਤੋੜ ਦਿੱਤੇ ਨੇ ਕਿ ਜਿੱਥੇ ਕਿ ਇੰਨੀ ਜ਼ਿਆਦਾ ਆਡੀਅੰਸ ਆਪਾਂ ਨੂੰ ਦੇਖਣ ਨੂੰ ਮਿਲੀ। ਹਾਲਾਂਕਿ ਜਿਹੜੇ ਬੱਬੂ ਮਾਨ ਦੇ ਫੈਨ ਨੇ ਉਹ ਕਹਿ ਰਹੇ ਨੇ ਕਿ ਉੱਥੇ 2.5 ਤੋਂ 3 ਲੱਖ ਬੰਦੇ ਦਾ ਇਕੱਠ ਹੋਇਆ ਸੀਗਾ ਪਰ ਅਜੇ ਵੀ ਕੋਈ ਆਂਕੜਾ ਸਾਹਮਣੇ ਨਹੀਂ ਆਇਆ ਜੀ। ਸੋ ਇਹ ਕੁਝ ਤਸਵੀਰਾਂ ਨੇ ਕੱਲ੍ਹ ਵਾਲੇ ਸ਼ੋਅ ਦੀਆਂ ਅਤੇ ਤੁਸੀਂ ਆਡੀਅੰਸ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੋਕ ਉੱਥੇ ਇਕੱਠੇ ਹੋਏ ਸੀਗੇ। ਸੋ ਇਹ ਕੁਝ ਹੋਰ ਤਸਵੀਰਾਂ ਨੇ ਇਸ ਸ਼ੋਅ ਦੀਆਂ ਅਤੇ ਦੇਖ ਕੇ ਲੱਗਦਾ ਕਿ ਪੂਰਾ ਸਟੇਡੀਅਮ ਖਚਾ ਖਚ ਭਰਿਆ ਹੋਇਆ ਸੀਗਾ। ਸੋ ਇਸ ਤੋਂ ਬਾਅਦ ਛੋਟਾ ਜਿਹਾ ਰਿਪਲਾਈ ਸਿੱਧੂ ਮੂਸੇਵਾਲੇ ਅਤੇ ਨਵੇਂ ਸਿੰਗਰਾਂ ਨੂੰ ਬੱਬੂ ਮਾਨ ਨੇ ਕੀਤਾ। ਸੋ ਕੀ ਕਿਹਾ ਬੱਬੂ ਮਾਨ ਨੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ। अच्छा जिन्हों ने तो गाना शुरू करता उन्होंने तो अपनी जिंदगी बना ली जो इन्होंने गाना शुरू करना है तुम इस वहम चला रहे हो कि बैक वाला गीत चलता है आप बिना हथियार के थप्पड़े चल गए चल गए नहीं तो इस करके गाने का सब्जेक्ट होता है इको जे गाने गाओगे तो थोड़ा कैरियर तुम लूज कर दोगे सो गाने का सब्जेक्ट होता है ये थप्पड़े सुनता गया ला भी सारा ना। ਸੋ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।